ਹਾਂਜੀ ਭੈਣ ਜੀ, ਤੁਹਾਡਾ ਨਾਮ ਔਰ ਕੀ ਗੱਲ ਹੋਈ ਤੁਹਾਡੀ ਬੇਟੇ ਨਾਲ? ਮੇਰਾ ਨਾਮ ਮਨਿੰਦਰ ਕੌਰ ਜੀ, ਮੇਰੇ ਹਸਬੈਂਡ ਡੈਥ ਹੋ ਗਈ ਹੈ ਜੀ ਐੱਸ ਟੀ ਥਾਣੇ ਦੇ ਵਿੱਚ, ASI ਸੀ, ਅਤੇ ਉਹਨਾਂ ਦੀ ਜੋਬ ਜਿਹੜੀ ਸੀ ਮੈਂ ਆਪਣੇ ਬੇਟੇ ਨੂੰ ਦਵਾਈ ਸੀ, ਸ਼ਮਸ਼ੇਰ ਸਿੰਘ ਨੂੰ, ਵੱਡਾ ਬੇਟਾ, ਮੇਰੀ ਛੋਟੀ ਬੇਟੀ ਆ, ਉਹ ਤੋਂ ਇਹ ਮੇਰੀ ਛੋਟੀ ਬੇਟੀ ਆ, ਅਤੇ ਉਹ ਤੋਂ ਛੋਟਾ ਸ਼ੇਰੇ ਤੋਂ ਛੋਟਾ ਇਹ ਬੇਟਾ ਜੇ ਮੇਰਾ ਸਕੰਦਰ ਸਿੰਘ, ਦੋ ਬੇਟੇ ਅਤੇ ਇੱਕ ਬੇਟੀ ਸੀ ਮੇਰੀ। ਮੈਂ ਇਹਦਾ ਮਤਲਬ ਕਿ ਪਾਪਾ ਦੀ ਜੋਬ ਦਵਾਉਣ ਤੋਂ ਬਾਅਦ ਇੰਨੇ ਮਤਲਬ ਕਿ ਟ੍ਰੇਨਿੰਗ ਸੈਂਟਰ ਦੇ ਵਿੱਚ ਹੀ ਮਤਲਬ ਕਿ ਇਹਦੇ ਪਾਪਾ ਜਿਹੜਾ ਸੀ ਉਹਨੂੰ ਨਾ ਮਤਲਬ ਕਿ ਫੋਨ ਜਿਹੜਾ ਸੀ ਉਹ ਬੇਟਿਆਂ ਨੇ ਦਿੱਤਾ, ਅਤੇ ਕਹਿੰਦੇ ਕਿ ਇੰਸਟਾਗ੍ਰਾਮ ਦੇ 'ਤੇ ਫੇਮਸ ਸੀ ਇਹ, ਅਤੇ ਇੰਨੇ ਬਲੈਕਮੇਲ ਕਰਕੇ ਇਹਦੇ ਪਾਪਾ ਨੇ ਘਰ ਸੱਦ ਕੇ ਮੇਰੇ ਬੇਟੇ ਨੂੰ ਇੱਕ ਧਮਕੀ ਲਾਈ, ਕਹਿੰਦਾ ਮੇਰੀ ਬੇਟੀ ਨਾਲ ਪਹਿਲਾਂ ਗੱਲ ਕਰ ਲਾ। ਉਸ ਤੋਂ ਬਾਅਦ ਮੇਰੇ ਬੇਟੇ ਨੂੰ ਇਹਨੇ ਗੋਲ ਕੀਤਾ ਕਿ ਮਤਲਬ ਜੇ ਤੂੰ ਮੇਰੀ ਕੁੜੀ ਨਾਲ ਵਿਆਹ ਨਾ ਕਰਾਇਆ ਤਾਂ ਤੇਰੀ ਮੈਂ ਨੌਕਰੀ ਲਵਾ ਦੂੰ, ਫਿਰ ਤੇਰੀ ਮੰਮੀ ਰਾਵਾਂ 'ਚ ਆਜੂਗੀ, ਉਹ ਤੇਰੇ 'ਤੇ ਪ੍ਰਾਊਡ ਬੜਾ ਕਰਦੇ ਨੇ। ਬਾਕੀ ਇਹ ਕਿ ਮੇਰੇ ਬੇਟੇ ਨੇ ਮੈਨੂੰ ਮੰਮਾ ਕਿਹਾ, ਮੰਮਾ ਵੀ ਆਹ ਕੁੜੀ ਆ ਅਤੇ ਮੈਂ ਇੰਨਾ ਵਿਆਹ ਕਰਨਾ। ਮੈਂ ਕਿਹਾ ਪੁੱਤ ਇੱਦਾਂ ਵਿਆਹ ਨਹੀਂ ਕਰਨਾ, ਮੈਂ ਇਨਕੁਆਇਰੀ ਕਰਨੀ ਹੈ ਪਹਿਲਾਂ। ਭਾਅ ਜੀ ਇਹ ਅਗਲੇ ਦਿਨ ਹੀ ਮੇਰੇ ਘਰ ਆ ਜਾਂਦੇ ਆ, 10-8-9 ਡੱਬੇ ਲੈ ਕੇ ਕਹਿੰਦੇ ਕਿ ਤੁਸੀਂ ਅਸੀਂ ਰੋਕਾ ਕਰਨ ਆਏ ਹਾਂ ਮੇਰੇ। ਜਦਕਿ ਕਿਸੇ ਰਿਸ਼ਤੇਦਾਰ ਨੂੰ ਨਹੀਂ ਸੀ ਪਤਾ ਹੈਗਾ ਕਿ ਇਹਨੇ ਕੋਈ ਆਪਣਾ ਇਹਦਾ ਮੈਰਿਜ ਦਾ ਕੋਈ ਸੋਚਿਆ ਹੋਇਆ, ਅਤੇ ਉਹ ਮੇਰਾ ਬੇਟਾ ਟ੍ਰੇਨਿੰਗ ਕਰ ਰਿਹਾ ਸੀ। ਮੈਨੂੰ ਟ੍ਰੇਨਿੰਗ ਦੇ ਤੋਂ ਇਹ ਸੀ ਕਿ ਮੇਰਾ ਬੱਚਾ ਚਲੋ ਸਾਡੀ ਜ਼ਿੰਮੇਵਾਰੀ ਸਮਝਦਾ, ਅਸੀਂ ਤਾਂ ਪਾਪਾ ਦੀ ਜੋਬ ਤਾਂ ਦਵਾਈ ਸੀ ਕਿ ਸਾਡਾ ਘਰ ਦਾ ਗੁਜ਼ਾਰਾ ਬੜਾ ਇਹਨੇ ਚਲਾਉਣਾ ਸੀ। ਵਿੱਚ ਹੀ ਇਹਨੇ ਮਤਲਬ ਕਿ ਆਪਣੇ ਮੈਰਿਜ ਦੀ ਗੱਲ ਕੀਤੀ ਕਿ ਮੈਨੂੰ ਇਹਨਾਂ ਨੇ ਆਹ ਗੱਲ ਕੀਤੀ ਹੈ, ਇਹਨੂੰ ਧਮਕੀ ਮਿਲੀ ਹੋਈ ਸੀ, ਇਸ ਕਰਕੇ ਇਹਨਾਂ ਨੇ ਕਿਹਾ ਕਿ ਵਿਆਹ ਜਲਦੀ ਤੋਂ ਜਲਦੀ ਲੈਣਾ ਪੈਣਾ ਵਾ, ਇੱਕ ਹਫ਼ਤੇ 'ਚ ਵਿਆਹ ਲਵੋ। ਇੱਕ ਹਫ਼ਤੇ ਦੇ ਵਿੱਚ ਪਤਾ ਨਹੀਂ ਕਿੱਦਾਂ ਕਰਜ਼ਾ ਚੁੱਕ ਚੁਕਾ ਕੇ ਮੈਂ ਵਿਆਹ ਕੀਤਾ ਕੁੜੀ ਨੂੰ। ਮੈਂ 4.5 ਤੋਲੇ ਦਾ ਸੈੱਟ ਵੀ ਪਾਇਆ ਵਾ, ਐਂ ਸਾਰਾ ਕੁਛ ਕੀਤਾ, ਬੜਾ ਸੋਹਣਾ ਮੈਂ ਵਿਆਹ ਕੀਤਾ। ਇਹਨਾਂ ਦੇ ਘਰ ਦੇ ਪੇਕਿਆਂ ਦੇ ਘਰ ਦੇ ਵਿੱਚੋਂ 4 ਜੀ ਸਾਰੇ, ਇਹਦਾ ਸਹੁਰਾ, ਮੇਰੇ ਬੇਟੇ ਦਾ ਸੱਸ, ਇੱਕ ਨਾਨੀ ਸੀ, ਅਤੇ ਇੱਕ ਕੁੜੀ ਸੀ, ਅਤੇ ਇੱਕ ਭਰਾ ਸੀ। ਆ 4-5 ਜਾਣੇ ਇਹਨਾਂ ਨੇ ਹੋਟਲ ਬੁੱਕ ਕੀਤਾ ਉੱਥੇ ਬਟਾਲਾ, ਅਸੀਂ ਕਾਦੀਆਂ ਗਏ, ਬੇਟੇ ਦਾ ਹੋਟਲ ਦੇ ਵਿੱਚ ਵਿਆਹ ਕੀਤਾ। ਬੇਟੇ ਦਾ ਹੋਟਲ ਵਿੱਚ ਵਿਆਹ ਕਰਨ ਤੋਂ ਬਾਅਦ ਅਸੀਂ ਘਰ ਆਏ ਅਤੇ ਪਹਿਲੇ ਦਿਨ ਹੀ ਕਹਿੰਦੀ ਹੈ ਮੇਰੇ ਪਾਪਾ ਨੂੰ ਅਟੈਕ ਆ ਗਿਆ। ਅਸੀਂ ਕਿਹਾ ਕਿ ਕਿਉਂ? ਕਹਿੰਦੇ ਕੋਈ ਰਸਮ ਨਹੀਂ ਕੀਤੀ ਇਹਨੇ ਗਾਨਿਆਂ ਦੀ, ਸਾਫ਼ ਹੀ ਕਹਿੰਦੀ ਹੈ ਕਿ ਮੈਂ ਮਤਲਬ ਜਾਣਾ ਵਾ ਆਪਣੇ ਪਾਪਾ ਨੂੰ ਮਿਲਣਾ ਵਾ ਕਿ ਉਹਨਾਂ ਨੂੰ ਅਟੈਕ ਆਇਆ। ਜਦਕਿ ਇਹ 6 ਦਿਨ ਬਾਅਦ ਮੁੜੀ ਆ, ਨਾ ਇਹਨੇ ਗਾਨਿਆਂ ਦੀ ਰਸਮ ਕਾਹਲੀ ਕਾਹਲੀ 'ਚ ਕਰਕੇ ਨਿਕਲਦੀ ਹੋਈ ਆ। ਭੈਣ ਜੀ ਹੁਣ ਕੀ ਗੱਲਬਾਤ ਹੋਈ ਤੁਹਾਡੇ ਬੇਟੇ ਦੀ? ਕਿੰਨਾ ਹਾਲਾਤਾਂ ਦੀ ਡੈਥ ਹੋਈ ਔਰ ਤੁਸੀਂ ਇਸਦਾ ਜ਼ਿੰਮੇਵਾਰ ਕਿਹਨੂੰ ਮੰਨਦੇ ਜੀ? ਸਰ ਹਾਲਾਤ ਮੇਰੇ ਬੱਚਾ ਇੱਦਾਂ ਦਾ ਕੰਮ ਕਰਾਂ ਕ੍ਰਾਈਮ ਕਰਨ ਵਾਲਾ ਹੀ ਨਹੀਂ ਆ, ਇਹਨੂੰ ਸਿਰਫ ਮਤਲਬ ਕਿ ਹਰ ਤਰ੍ਹਾਂ ਦੀ ਦਿੰਦਾ ਸੀ ਸਹੂਲਤਾਂ, ਹਰ ਤਰ੍ਹਾਂ ਦੇ ਇਹਦੇ ਖਾ ਪੂਰੇ ਕਰਦਾ ਸੀ, ਇੰਸਟਾਗ੍ਰਾਮ 'ਤੇ ਫੇਮਸ ਸੀ, ਬਾਹਰੋਂ ਇਹ ਜਿੰਨੀ ਵੀ ਕੋਈ ਵੀ ਔਨਲਾਈਨ ਚੀਜ਼ ਕਰਵਾਉਂਦੀ ਸੀ ਮੇਰੇ ਬੇਟੇ ਨੂੰ ਕਰਦੀ ਸੀ ਵੀ ਮੈਨੂੰ ਜਿੱਦਾਂ ਮਰਜ਼ੀ ਲਿਆ ਕੇ ਦੇ, ਅਤੇ ਇਹ ਸੋਚੀ ਸਮਝੀ ਸਾਜਿਸ਼ ਸੀ ਇਹਨਾਂ ਦੀ। ਇਹਨਾਂ ਨੇ ਕੀ ਕੀਤਾ, ਪਹਿਲਾਂ ਇਹਦੇ ਕੋਲ ਮਕਾਨ ਬਣਵਾਇਆ ਵਾ, ਪਹਿਲਾਂ ਘਰ ਦੇ ਵਿੱਚੋਂ ਹਿੱਸਾ ਮੰਗਦੀ ਸੀ, ਨਹੀਂ ਤਾਂ ਤੇਰੇ ਬੱਚਿਆਂ ਭੈਣ ਭਰਾਵਾਂ ਨੂੰ ਰੋਡ 'ਤੇ ਲਿਆਵਾਂਗਾ। ਇਹਦੇ ਪਿਓ ਨੇ ਧਮਕੀ ਲਾਈ ਮੇਰੇ ਬੇਟੇ ਨੂੰ। ਉਸ ਤੋਂ ਬਾਅਦ ਇਹਨੇ ਕਿਹਾ ਕਿ ਤੁਸੀਂ ਮਤਲਬ ਕਿ ਜੇ ਨਹੀਂ ਇੱਥੇ ਰਹਿਣਾ ਤਾਂ ਬਾਹਰ ਮਕਾਨ ਲੈ ਕੇ ਦੇ, ਉਹ ਵੀ ਮੇਰੇ ਨਾਂ ਦਾ। ਮੇਰੇ ਬੇਟਾ ਕਹਿੰਦਾ ਵੀ ਚਲੋ ਮੈਂ ਆਪਣੇ ਨਾਂ ਦੇ ਉੱਤੇ ਲੈ ਲੂੰਗਾ, ਤੇਰਾ ਨਾਮ ਵਿੱਚ ਐਡ ਕਰ ਲੂੰਗਾ। ਇਹਦੇ ਪਿਓ ਨੇ ਆ ਕੇ ਰਜਿਸਟਰੀ ਜਿਹੜੀ ਆ ਆਪਣੀ ਕੁੜੀ ਦੇ ਨਾਵੇਂ ਕਰਾਈ, ਧਮਕੀ ਲਾ ਕੇ। ਇਹ 2.5 ਮਹੀਨੇ ਹੋ ਗਏ, 2.5 ਮਹੀਨੇ ਹੋਏ ਸੀ ਉੱਥੇ ਰਹਿ ਰਹੇ ਨੂੰ, ਆਪਣੀ ਕਲੋਨੀ ਦੇ ਵਿੱਚ, ਹੈਰੀਟੇਜ ਕਲੋਨੀ 'ਚ ਰਹਿ ਰਿਹਾ ਸੀ। ਹੈਰੀਟੇਜ ਕਲੋਨੀ ਦੇ ਵਿੱਚ ਇਹਨੇ ਜਾ ਕੇ 2.5 ਮਹੀਨੇ ਕਹਿੰਦਾ ਮੈਂ ਉੱਥੇ ਰਿਹਾ ਵਾਂ।
ਫਿਰ ਇਹਨੇ ਸਾਨੂੰ ਫੋਨ 'ਤੇ ਇਹ ਵੀ ਦੱਸਿਆ ਵਾ ਮੇਰਾ ਜਿਹੜਾ ਛੋਟਾ ਇਹ ਬੇਟਾ ਵਾ ਉਹਨੇ ਮਤਲਬ ਕਿ ਮਿਲਣ ਜਾਂਦਾ ਰਿਹਾ, 10-12 ਦਿਨ ਮਿਲਦਾ ਰਿਹਾ ਚੰਗਾ। 2 ਮਹੀਨੇ ਪਹਿਲਾਂ ਮੈਨੂੰ ਸੱਦਿਆ, ਮੇਰੀ ਬੇਟੀ ਨੂੰ ਸੱਦਿਆ, ਸਾਨੂੰ ਸਾਰੇ ਪਰਿਵਾਰ ਨੂੰ ਸੱਦ ਕੇ ਕਹਿੰਦਾ ਮੰਮਾ ਵੀ ਮੈਂ ਉਹਦਾ ਉਹ ਹੀ ਹਾਲ ਰਹਿਣਾ ਵਾ। ਫਿਰ ਉਹਨੇ ਕਿਹਾ ਕਿ ਜਿਹੜੇ ਮੈਂ ਤੈਨੂੰ ਮੈਸੇਜ ਸੈਂਡ ਕਰਨ ਲੱਗਾ ਵਾਂ, ਜਿਹੜੀਆਂ ਰਿਕੋਰਡਿੰਗਾਂ ਤੈਨੂੰ ਪਾਊਂਗਾ ਉਹ ਸਾਂਭ ਕੇ ਰੱਖੀ, ਜਿੱਦਣ ਮੈਨੂੰ ਕੋਈ ਗੱਲਬਾਤ ਹੋਈ ਮੇਰੇ ਸਹੁਰੇ ਪਰਿਵਾਰ ਨੇ ਹੀ ਕਰਨੀ ਹੋ। ਮੈਨੂੰ ਧਮਕੀਆਂ ਦਿੰਦੇ ਆ ਜਾਨੋਂ ਮਾਰਨ ਦੀਆਂ। ਕੀ ਉਹਦਾ ਜਿਹੜਾ ਸਹੁਰਾ ਪਰਿਵਾਰ ਆ ਤੁਹਾਡੇ ਬੇਟੇ ਨੂੰ ਧਮਕੀਆਂ ਵਗੈਰਾ ਦਿੰਦਾ ਸੀ? ਹਾਂਜੀ, ਬੜੇ ਉਹ ਤਾਂ ਸਭ ਤੋਂ ਪਹਿਲਾਂ ਹੀ ਉਹਨਾਂ ਦਾ ਸਹੁਰਾ ਵਾ। ਉਹ ਕੀ ਕੰਮ ਕਰਦਾ? ਇਹਦਾ ਜਿਹੜਾ ਸਹੁਰਾ ਵਾ ਉਹ ਇੰਸਪੈਕਟਰ ਆ। ਕੀ ਨਾਮ ਉਹਦਾ? ਉਹਦਾ ਨਾਂ ਸੁਖਦੇਵ ਸਿੰਘ ਆ। PAP ਚੌਂਕ ਦੇ ਵਿੱਚ ਡਿਊਟੀ ਕਰਦਾ, PCR ਦੇ ਉੱਤੇ ਇਹਦੀ ਡਿਊਟੀ ਹੁੰਦੀ ਆ। ਇਹਨਾਂ ਨੇ ਸਾਰਾ ਬਟਾਲੇ ਦਾ ਰਹਿਣ ਵਾਲਾ ਵਾ ਅਤੇ ਜਲੰਧਰ ਇਹਦੀ ਡਿਊਟੀ ਆ। ਇਹਨਾਂ ਨੇ ਉੱਥੋਂ ਧਮਕੀਆਂ ਲਾਈਆਂ ਕਿ ਅਸੀਂ ਜੇ ਮਤਲਬ ਤੂੰ ਇਹਨਾਂ ਦਾ ਹੁਣ ਮੇਲ ਜੋਲ ਬੜਾ ਹੋਇਆ ਸੀ ਕੋਠੀ ਦੇ ਵਿੱਚ ਵੀ ਅਸੀਂ ਆਉਣਾ ਜਾਣਾ ਸ਼ੁਰੂ ਹੋਇਆ ਸੀ। ਇਹਨਾਂ ਦੇ 2 ਬੱਚੇ ਜਿਹੜੇ ਗਏ ਸੀ ਮੁੰਡੇ, ਇਹਨਾਂ ਨੇ ਉੱਥੇ ਸਟੇਸ਼ਨ ਦੇ ਉੱਤੇ ਉਹ ਕਰਦੇ ਸੀ ਸਵੀਪਰ ਦਾ ਕੰਮ, ਉਹ ਵੀ ਮਤਲਬ ਕਿ ਇਹਨਾਂ ਦੇ ਘਰ ਰਹਿ ਰਿਹਾ ਸੀ ਬੱਚੇ, ਕਿ ਉਹ ਵਰਕਰ ਲੱਗੇ ਹੋਏ ਸੀ, ਕੰਮ ਚੱਲ ਰਿਹਾ ਸੀ। ਇਹ ਕੋਈ ਘਰ ਦਾ ਕੰਮ ਨਹੀਂ ਸੀ ਕਰਦੀ, ਸਾਰੀ ਦਿਹਾੜੀ ਇੰਸਟਾਗ੍ਰਾਮ 'ਤੇ ਆਪਣੀਆਂ ਅਪਲੋਡ ਕਰਦੀ ਸੀ ਵੀਡੀਓ। ਅਤੇ ਬੇਟਾ ਕਹਿੰਦਾ ਸੀ ਕਿ ਇਹਨੇ ਘਰ ਦਾ ਕੰਮ ਨਹੀਂ ਕਰਦੀ, ਸਵੇਰੇ ਰੋਟੀ ਨਹੀਂ ਬਣਾਉਂਦੀ, ਸਵੇਰੇ ਵੀ ਮੈਂ ਬਾਹਰ ਜਾ ਕੇ ਅਤੇ ਆਪਣੀ ਮੈਸ 'ਚ ਰੋਟੀ ਖਾਂਦਾ, ਰਾਤ ਨੂੰ ਮੈਂ ਇਹਨਾਂ ਨੂੰ ਹੋਟਲ 'ਤੇ ਲੈ ਕੇ ਜਾਣਾ ਢਾਬਾ। ਕੁੱਲ ਮਿਲਾ ਕਹਿ ਸਕਦੇ ਕਿ ਤੁਹਾਡੇ ਬੇਟੇ ਨੂੰ ਜਿਹੜਾ ਹਰਾਸ ਤੰਗ ਪਰੇਸ਼ਾਨ ਕਰ ਰਹੇ ਸੀ, ਅਤੇ ਹੁਣ ਜਿਹੜੀ ਉਹਦੀ ਡੈਥ ਹੋਈ ਆ ਉਹ ਕਿੰਨਾ ਹਾਲਾਤਾਂ 'ਚ ਹੋਈ ਆ, ਤੁਸੀਂ ਕਿਹਨੂੰ ਜ਼ਿੰਮੇਵਾਰ ਮੰਨਦੇ? ਸਰ ਹੁਣ ਮੈਂ ਮੇਰੇ ਬੇਟਾ 'ਤੇ ਕਦੀ ਇਹ ਚੀਜ਼ ਸੋਚ ਵੀ ਨਹੀਂ ਸਕਦਾ ਕਿ ਮੈਂ ਆਪਣੀ ਧੀ ਨੂੰ ਛੱਡ ਕੇ ਮੈਂ ਆਹ ਸੁਸਾਈਡ ਕਰੂੰਗਾ। ਬਾਕੀ ਗੱਲ ਇਹ ਹੈ ਕਿ ਇਹਨਾਂ ਦੀ ਸੋਚੀ ਸਮਝੀ ਸਾਜਿਸ਼ ਆ। ਇਹਦਾ ਜਿਹੜਾ ਸਹੁਰਾ ਸੀ ਉਹ ਜਿਹੜਾ ਸਾਲਾ ਸੀ ਉਹ ਦਿਨ ਉਹ ਮੌਜੂਦਾ ਸੀ ਇੱਥੇ ਜਦੋਂ ਕਿ ਕ੍ਰਾਈਮ ਹੋਇਆ ਵਾ, ਹੈਂ ਦੋਵੇਂ ਇੱਥੇ ਮੌਜੂਦ ਸੀ। ਅਤੇ ਜਿਹੜੇ 2 ਮੁੰਡੇ ਆ ਉਹ ਵੀ ਜਿਹੜੇ ਹੈਗੇ ਆ, ਮੈਂ ਦਿੱਤਾ SHO ਨੂੰ ਉਹਨਾਂ ਦੇ ਨੰਬਰ ਕਿ ਉਹਨਾਂ ਨੂੰ ਵੀ ਇੱਥੇ ਸੱਦ ਕੇ ਅਤੇ ਪੁੱਛ ਗਿੱਛ ਕੀਤੀ ਜਾਵੇ। ਮੇਰੇ ਬੇਟੇ ਨੇ ਉਹਨਾਂ ਨੂੰ 70,000 ਦਾ ਮੋਬਾਈਲ ਲੈ ਕੇ ਦਿੱਤਾ ਸੀ ਆਪਣੇ ਕ੍ਰੈਡਿਟ ਕਾਰਡ। ਇੱਕ ਸਾਹਿਲ ਸੀ ਅਤੇ ਇੱਕ ਪ੍ਰਿੰਸ, ਉਹ ਦੋਵੇਂ ਸਵੀਪਰ ਦਾ ਕੰਮ ਕਰਦੇ ਸੀ ਇਹਦੇ ਕੋਲ। ਹੁਣ ਇਹਦੇ ਕੋਲ ਰਾਤ ਦੀ ਰੋਟੀ ਵੀ ਉਹ ਬਾਹਰ ਜਾ ਕੇ ਮਤਲਬ ਕਿ ਖਵਾਉਂਦਾ ਸੀ ਉਹਨਾਂ ਨੂੰ ਹੋਟਲ 'ਤੇ। ਫਿਰ ਇਹਦੀ ਘਰਦੀ ਨੇ ਉਹਨਾਂ 'ਤੇ ਕੋਈ ਐਲੀਗੇਸ਼ਨ ਲਾ ਕੇ ਮਤਲਬ ਕਿ ਮੇਰੇ ਬੇਟੇ ਨੂੰ ਇਹ ਸ਼ੋਅ ਕਰਾਇਆ ਕਿ ਮਤਲਬ ਕਿ ਮੈਂ ਨਹੀਂ ਇਹਨਾਂ ਨੂੰ ਰੱਖਣਾ ਘਰ 'ਤੇ, ਇਹਨਾਂ ਨੂੰ ਕੱਢ ਦੇ। ਉੱਦਣ ਮੈਨੂੰ ਗੇਟ ਕੀਪਰ ਨੇ ਵੀ ਇਹ ਗੱਲ ਕਹੀ ਆ, ਜਿਹੜਾ ਇਹਨਾਂ ਦਾ ਗੇਟ ਕੀਪਰ ਆ ਉਹਨੇ ਕਿਹਾ ਮੈਡਮ ਜੀ ਇਹ ਤਾਂ ਰੋਜ਼ ਰੋਟੀ ਖਾਣ ਜਾਂਦੇ ਸੀ, ਅੱਜ ਨਹੀਂ ਆਏ। ਉਹਨੇ ਮੇਰੇ ਬੇਟੇ ਨੂੰ ਜਦੋਂ 8:15 ਡਿਊਟੀ ਤੋਂ ਘਰ ਗਿਆ ਮੇਨ ਗੇਟ ਤੋਂ, ਉਹਨੇ ਬੜਾ ਸੋਹਣਾ ਕਿਹਾ ਵਾ ਕਿ ਗੇਟ ਨੂੰ ਬੰਦ ਨਹੀਂ ਕਰਨਾ। ਉਹਨੇ ਇਸ਼ਾਰਾ ਕੀਤਾ, ਫੋਨ ਕਰਨ ਨੂੰ ਲੱਗਾ ਸੀ, ਉਹਦੇ ਵੀ ਬਿਆਨ ਲਿੱਤੇ ਜਾਣ। ਉਹਨੇ ਜੋ ਮੈਨੂੰ ਗੱਲ ਦੱਸੀ ਆ ਉੱਥੇ ਕਲੋਨੀ ਵਿੱਚ, ਉਹ ਕਹਿੰਦਾ ਮੈਡਮ ਜੀ ਇਹ 4-5 ਜਣਿਆਂ ਦਾ ਕੰਮ ਆ, ਇਹ ਬੇਟਾ ਨਹੀਂ ਕਰ ਸਕਦਾ, ਤੁਹਾਡਾ ਬੇਟਾ ਤੇ ਤੁਹਾਡਾ ਹਸਬੰਡ ਵਾਲਾ ਵਾ। ਉਹਨਾਂ ਨੇ ਕਿਹਾ ਕਿ ਇਹ ਕਤਲ ਕੀਤਾ ਗਿਆ ਤੁਹਾਡੇ ਬੱਚੇ। ਕੀ ਕਾਰਵਾਈ ਕਰ ਰਹੀ ਹੈ ਇਸ ਬੰਦੇ ਵਿੱਚ? ਸਰ ਪੁਲਿਸ ਜਦੋਂ ਮੇਰੇ ਇੱਥੇ ਆਈ ਆ, ਮੈਂ ਮਤਲਬ ਕਿ ਪਹਿਲਾਂ ਸੁਲਤਾਨਵਿੰਡ ਵਾਲੇ ਆਏ, ਉਹਨਾਂ ਨੇ ਕਿਹਾ ਸਾਡੇ ਇਲਾਕੇ ਦਾ ਨਹੀਂ ਆ ਇਹ ਕੰਮ। ਫਿਰ ਚਾਟੀਵਿੰਡ ਵਾਲੇ ਆਏ, ਉਹਨਾਂ ਨੇ ਕਿਹਾ ਕਿ ਅਸੀਂ ਦਬੁਰਜੀ ਹਾਂ ਤੁਸੀਂ ਵੇਟ ਕਰੋ। ਸੁਲਤਾਨਵਿੰਡ ਵਾਲੇ ਉਹਦੀ ਕਲੋਨੀ ਵਿੱਚ ਮੈਨੂੰ ਲੈ ਕੇ ਖੜ੍ਹੇ ਰਹੇ ਆ, ਕਹਿੰਦੇ ਕਿ ਸਾਰਿਆਂ ਨਾਲ ਗੱਲ ਕਰਿਓ SHO ਤੁਹਾਨੂੰ, ਉਹ ਪੈਂਦਾ ਵਾ ਹਰਪਾਲ ਸਿੰਘ। ਸਰ ਮੈਂ ਉਹਦੀ ਵੇਟ ਕੀਤੀ, ਆਪਣਾ ਬੇਟਾ ਘਰ ਛੱਡ ਕੇ ਮੈਂ ਉੱਧਰ ਜਾ ਕੇ ਕਲੋਨੀ ਵਿੱਚ ਮੈਂ ਉਹਨਾਂ ਨੂੰ ਇਹ ਕਿਹਾ, ਮੈਂ ਕਿਹਾ ਸਰ ਕਿ ਮਤਲਬ ਕਿ ਇੱਧਰ ਆਓ, ਆ ਦੇਖੋ ਕਿ ਕਿਸ ਤਰ੍ਹਾਂ ਖਿਲਾਰਾ ਪਿਆ ਇਹ ਘਰ 'ਚ, ਵੇਖੋ ਮੇਰਾ ਬੱਚਾ ਇਹ ਗੱਲ ਕਰ ਸਕਦਾ।